ਬਾਬੂ ਪਤੀਸਾ ਵੇਚਣ ਡਿਆ। ਉਹ ਬਾਬੂ ਆ ਇਧਰ ਆਈ। ਨਿਆਣੇ ਸ਼ੈਤੀ ਕਰੋ ਸ਼ੈਤੀ ਇਕੱਠਾ ਕਰਕੇ ਲੋਹਾ ਪਤੀਸਾ ਲਾ ਪਾਈ ਆ ਜੀ। ਹਾਂ ਹਾਂ ਪਤੀਸਾ ਦੇ ਨਿਆਣਿਆਂ ਨੂੰ ਮੇਰੇ ਨਿਆਣੇ 2-3 ਦਿਨ ਹੋ ਗਏ ਆ ਤੇ ਵਿਚਾਰੇ ਲੋਹਾ ਇਕੱਠਾ ਕਰਨ ਡੇ ਕਹਿੰਦੇ ਸੀ ਪਤੀਸਾ ਖਾਣਾ ਪਤੀਸਾ ਖਾਣਾ। ਪਤੀਸਾ ਦੇ ਇਹਨਾਂ ਨੂੰ ਹਾਂ ਹਾਵੇ ਰੱਖਤਾ ਹੀ ਇਹਨਾਂ ਨੇ ਹੈ? ਹੈ ਨਹੀਂ ਪਤੀਸਾ ਤੇ ਹਉ ਕਾਕਾ ਤਾਂ ਦੇਣ ਡਿਆ ਫਿਰ। ਹਾਏ ਮੇਰੇ ਨਿਆਣੇ ਵੀ ਭੋਰਾ ਜਿਨੇ ਮੇਰੇ ਨਿਆਣੇ ਵੇ ਹਰਵਾ ਕੇ ਰੱਖਦੇ ਹੀ ਹੋ। ਹੈ ਨਹੀਂ ਆ ਪਤੀਸਾ ਤੇ ਫਿਰ ਆਉਂਦਾ ਕੀ ਕਰਨੂ ਹੈ ਨਿਆਣੇ ਰਵਾਉਣ ਨੂੰ ਆਉਂਦਾ ਵਾ ਕਰਦਾ ਕੀ ਪਹਿਲਾਂ ਚਲ ਆਪ ਗਲਾਸੀਆਂ ਹਾਂ ਮੈਨੂੰ ਚਾਰਕ ਗਲਾਸੀਆਂ ਫੜਾ ਕੱਪਾਂ ਜਿਹੜੀ ਚਾਹ ਪੀਤੀ ਜਾਂਦੀ ਨਾਵੇਂ ਹੀ ਫੈਸਾ ਨਜ਼ਰ ਘਾਕ ਪੀ ਲਓ ਕੱਪਾਂ ਚ ਚਾਹ ਪੀ ਲਓ ਫੜਾ ਗਲਾਸੀਆਂ ਹੈ ਨਹੀਂ ਗਲਾਸੀਆਂ ਵੀ ਤੇ ਟੁੱਟ ਪੈਣਿਆ ਫਿਰ ਤੂੰ ਰੱਖਿਆ ਕੀ ਆ ਹੈ ਪਤੀਸਾ ਤੇਰੇ ਕੋ ਨਹੀਂ ਗਲਾਸੀਆਂ ਤੇਰੇ ਕੋ ਨਹੀਂ ਖਬਰਦਾਰ ਆ ਜੇ ਮੁੜ ਕੇ ਮੇਰੇ ਘਰ ਇਧਰ ਦੀ ਆਇਆ ਤੇ ਗਲੀ ਥਾਣੀ ਨਿਆਣੇ ਰਵਾ ਕੇ ਚੁੱਪ ਕਰ ਜਾ ਚੁੱਪ ਕਰ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੂਜਾ ਭਾਗ ਉਹ ਦੋਦ ਕੋ ਮੈਂ ਤੁਹਾਨੂੰ ਲੈ ਕੇ ਦਿੰਨੀ ਆ ਪਤੀਸਾ ਕਰਦਾ ਕੀ ਬੁੱਲੜ ਜਾ ਤੂੰ ਕਬਾੜ ਇਕੱਠਾ ਕਰਨ ਆਇਆ ਸੀ ਖਬਰਦਾਰ ਜਾ ਮੁੜ ਕੇ ਹਿੱਤੇ ਗਲੀ ਚ ਹੋਕਾ ਦਿੱਤਾ ਪਤੀਸਾ ਖਾ ਲੋ ਚਾਹ ਪੋਣੀ ਹੈਗੀ ਬਲਹ ਚਾਹ ਪੋਣੀ ਵੀ ਤੇ ਫਿਰ ਤੂੰ ਲੈ ਕੇ ਕਿਹਾਂ ਆਇਆ ਹੈ ਨਿਆਣੇ ਰਮੋਣ ਆ ਗਿਆ ਚੱਲ ਤਰ ਹੋ ਜਾ ਇਥੋਂ ਮੈਂ ਕਹਿੰਦੀ ਮੁੜ ਕੇ ਮੇਰੇ ਘਰ ਨਾ ਆਵੜੀ